देता हजे तक नहीं आया, पता नहीं कितने बैठ गया। मुंडा कहता भाभी कदों का गया आया भाजी, ये पता नहीं कितने जाके बह गया आया। मैं कितने ये पिछे तुरी फिर, कुत्ते भौंकते तो है देखिया आंदा है शक्तिमान बन के ने घूमता। शाबाशे शाबाशे डिंपल, माल लपेटा हले ने। होर भी करतूत हैगी कोई पीण दी आ? पहले तो अंदर चल तेन मैं दसा जरा सता मारिया जेड़ा है हुण खड़ भी नहीं हुंदा, एक तो इन्हें मैनु बहुत सताया नेत हुण की डैंबरिया वांगू देखी जांदा है। ਉਦਾਂ ਇੱਕ ਗੱਲ ਦੱਸ, ਅੱਗੇ ਤਾਂ ਤੇਤੋਂ ਗੰਦੀ ਜਿਹੀ ਹਵਾੜ ਜਿਹੀ ਆਉਂਦੀ ਰਹਿੰਦੀ ਆ, ਅਤੇ ਅੱਜ ਕਿਹੜੀ ਪੀਤੀ ਉਹ ਆ? ਮੈਨੂੰ ਤਾਂ ਲੱਗਦਾ ਅੱਜ ਬਲੈਤੀ ਪੀਤੀ ਹੈ, ਦੇਸੀ ਨਹੀਂ ਪੀਤੀ। ਉਹ ਤੂੰ ਤਾਂ ਇੱਦਾਂ ਪੁੱਛਣ ਲੱਗੀ ਹਾਂ ਜਿੱਦਾਂ ਠੇਕੇ 'ਚ ਲੱਗੀ ਹੁੰਦੀ, ਸਾਰਾ ਕੁਛ ਤੈਨੂੰ ਪਤਾ ਹੁੰਦਾ ਸ਼ਰਾਬ ਬਾਰੇ। ਲੈ ਤਾਂ ਦੱਸ ਭਲਾ ਮੈਂ ਠੇਕੇ 'ਤੇ ਲੱਗੀ ਹਾਂ, ਤੇਰੇ ਵਰਗੇ ਦੇ ਮੈਂ ਬੱਸ ਪਈ ਹਾਂ, 8 ਸਾਲ ਹੋ ਗਏ ਮੈਨੂੰ ਪਈ ਨੂੰ, ਤਾਂ ਪਤਾ ਨਹੀਂ ਮੈਨੂੰ ਕਿ ਕਿਹੜੀ ਦੇਸੀ ਹੈ ਅਤੇ ਕਿਹੜੀ ਬਣੌਟੀ ਆ। ਅੱਜ ਤੱਕ ਤਾਂ ਤੇਰੇ ਤੋਂ ਬਦਬੂ ਹੀ ਆਉਂਦੀ ਹੁੰਦੀ ਸੀ ਭੈੜੀ ਜਿਹੀ, ਅੱਜ ਤਾਂ ਆਉਂਦੀ ਨਹੀਂ, ਪਤਾ ਨਹੀਂ ਮੈਨੂੰ ਕਿਹੜੀ ਪੀ ਕੇ ਆਏ ਆ। ਚੱਲ ਰੋਟੀ ਖਾਣੀ ਆ ਹੁਣ? ਉਹ ਮੈਂ ਨਹੀਂ ਖਾਣੀ ਰੋਟੀ, ਮੇਰੀ ਤਾਂ ਰੂਹ ਦੇ ਤ੍ਰਿਪਤ ਹੋਈ ਪਈ ਆ, ਮੈਂ ਨਹੀਂ ਰੋਟੀ ਖਾਣੀ। ਦੇ ਤਾਂ ਕਿੰਨੇ ਨਖਰੇ ਕਰਦਾ ਆ, ਤੇਰੇ ਕਰਕੇ ਮੈਂ ਚੁੱਲ੍ਹੇ 'ਚ ਫੂਕਾਂ ਮਾਰਦੀ ਸੀਗੀ ਅੱਧੀ ਰਾਤ ਨੂੰ, ਸਿਲੰਡਰ ਵੀ ਉੱਤੋਂ ਖਤਮ ਹੋਇਆ ਆ। ਚੱਲ ਮੈਂ ਵੀ ਥੱਕੀ ਹਾਂ, ਵਾਂ ਰਸੋਈ ਦਾ ਕੰਮ ਕਰ ਲਵਾਂ, ਸੌ ਜਾ। ਇਹ ਤਾਂ ਭੋਰਾ ਸ਼ਰਮ ਹੈ ਨਹੀਂ, ਰੋਜ਼ ਪੀ ਕੇ ਆ ਜਾਂਦਾ ਆ, ਸ਼ੁਗਰ ਆ ਕੁੜੀ ਸੁੱਤੀ ਉਹ ਆ, ਇਹਨੂੰ ਪਤਾ ਨਹੀਂ ਕਦੋਂ ਨੂੰ ਅਕਲ ਆਉਣੀ ਆ। ਚੱਲ ਮੈਂ ਆਪਣੇ ਭਾਂਡੇ ਭੁੰਡੇ ਤਾਂ ਸਾਂਭਾਂ, ਮੇਰੇ ਤੋਂ ਵੀ ਥੱਕ ਹੋਇਆ ਆ, ਲੰਮੀ ਪਵਾਂ। ਦੀਪੂ ਏ, ਉਹ ਦੀਪੇ ਅਮਰ ਪਹਿਲਾਂ ਰੋਟੀ ਪਾ ਲਾ ਆਪਣੇ ਬੈਗ 'ਚ, ਤਾਂ ਫਿਰ ਕਾਲੀ ਕਾਲੀ ਭੁੱਲ ਜਾਂਦਾ ਆ, ਚੇਤੇ ਨਾਲ ਪਾ ਵੀ ਲਵੀਂ। ਅੱਛਾ ਹਾਂਜੀ ਅੰਮੀ, ਮੈਂ ਤਿਆਰ ਹੀ ਹਾਂ, ਬਸ 8:30 ਵਜੇ ਪਹੁੰਚਣਾ, ਬੂਟੇ ਪਾਉਣੇ ਮੈਂ, ਬਸ ਚੱਲਾਂਗਾ। ਬਣ ਗਿਆ ਰੋਟੀ? ਹੋਰ ਪੁੱਤ ਆ ਲੈ ਪਾ ਡੱਬਾ, ਮੇਰੇ ਪੁੱਤ ਟਾਈਮ ਨਾਲ ਉੱਠਿਆ ਕਰ ਜ਼ਰਾ, ਫਿਰ ਕਾਲੀ ਨਹੀਂ ਬਹੁਤ ਕਰਨੀ ਪੈਂਦੀ। ਹਾਂਜੀ ਹਾਂਜੀ, ਮੇਰੇ ਪੁੱਤ ਸਮੇਂ ਦੀ ਕਦਰ ਕਰੀ ਦੀ ਹੁੰਦੀ ਆ, ਜਿਹੜਾ ਬੰਦਾ ਸਮੇਂ ਦੀ ਕਦਰ ਕਰਦਾ ਉਹ ਕਦੀ ਵੀ ਧੋਖਾ ਨਹੀਂ ਖਾਂਦਾ, ਉਹਦੀ ਤਰੱਕੀ ਹੁੰਦੀ ਆ। ਤੂੰ ਪੁੱਤ ਇੱਦਾਂ ਕਰਿਆ ਕਰ, ਫੋਨ ਤਾਂ ਤੇਰੇ ਕੋਲ ਹੀ ਹੁੰਦਾ ਆ, ਤੂੰ ਅਲਾਰਮ ਲਾ ਲਿਆ ਕਰ, ਜਦੋਂ ਅਲਾਰਮ ਵੱਜਿਆ ਉਦੋਂ ਉੱਠ ਗਿਆ, ਜੇ ਤੈਨੂੰ ਫੇਰ ਵੀ ਨਹੀਂ ਜਾਗ ਆਉਂਦੀ ਤਾਂ ਮੈਨੂੰ ਦੱਸ ਦਿਆ ਕਰ, ਮੈਂ 5 ਵਜੇ ਪੁੱਤ ਉੱਠ ਜਾਂਦੀ ਹਾਂ, ਤੈਨੂੰ ਸਵੇਰੇ ਹੀ ਠਾਲ ਦਿਆ ਕਰੂੰਗੀ। ਮੰਮੀ ਉੱਠਣ ਦੀ ਨਹੀਂ ਕੋਈ ਵੀ ਗੱਲ ਹੈਗੀ, ਸਵੇਰ ਨੂੰ ਨੀਂਦ ਬਹੁਤ ਆਈ ਹੁੰਦੀ ਆ, ਦਿਲ ਨਹੀਂ ਕਰਦਾ ਉੱਠਣ ਨੂੰ। ਫੇਰ ਮੇਰੇ ਪੁੱਤ ਕੰਮ 'ਤੇ ਤਾਂ ਜਾਣਾ ਹੀ ਹੁੰਦਾ, ਉੱਠਣਾ ਤਾਂ ਪੈਣਾ ਹੀ ਆ। ਚਲੋ ਕੋਈ ਨਹੀਂ, ਟਰਾਈ ਕਰੂੰਗਾ, ਆਰਾਮ ਨਾਲ ਲਿਆ ਕਰੂੰਗਾ। ਨਾਲੇ ਮੇਰੇ ਪੁੱਤ ਨਾ ਜੂਸ ਵਗੈਰਾ ਪੀ ਲਿਆ ਕਰ, ਜਾਂ ਸਾਰਾ ਦਿਨ ਕੰਮ ਕਰਨਾ, ਸਿਹਤ ਚੰਗੀ ਰਹਿੰਦੀ ਆ ਪੁੱਤ। ਚਲੋ ਠੀਕ ਆ ਫਿਰ ਮੰਮੀ, ਮੈਂ ਚੱਲਦਾ ਹੁਣ ਕੰਮ 'ਤੇ। ਆਹੋ ਇੱਦਾਂ ਕਰੀ, ਮੇਰੇ ਪੁੱਤ ਤਾਂ ਕਾਲਾ ਨਵਾਂ ਦਾ ਹੋਇਆ, ਸੌਦਾ ਲੈ ਆਵੀਂ, ਵਾਧੂ ਨਾ ਪੈਸੇ ਖਰਚੀ, ਉੱਦਾਂ ਤਾਂ ਮੇਰਾ ਪੁੱਤ ਬਹੁਤ ਸਿਆਣਾ ਆ, ਖਰਚਾ ਫਜ਼ੂਲ ਨਹੀਂ ਕਰੀਦਾ ਹੁੰਦਾ ਪੁੱਤ। ਹਾਂਜੀ ਹਾਂਜੀ, ਚਲੋ ਠੀਕ ਆ ਮੈਂ ਚੱਲਦਾ। ਠੀਕ ਆ ਮੇਰੇ ਪੁੱਤ, ਜਾ ਕੰਮ 'ਤੇ। ਆਂਟੀ ਦਾ ਮੁੰਡਾ ਵੀ ਕੰਮ 'ਤੇ ਚਲਾ ਗਿਆ, ਆਂਟੀ ਨੇ ਕੋਈ ਨਹੀਂ ਬਾਹਰ ਨਿਕਲ ਕੇ ਰੌਲਾ ਪਾਇਆ ਕਿ ਸਾਡੇ ਘਰ ਦੇ ਮੂਹਰੇ ਕੋਈ ਗਿਆ। ਪਤਾ ਨਹੀਂ ਆਂਟੀ ਅੰਦਰ ਕੀ ਕਰੀ ਜਾਂਦੀ ਹੈ, ਮੈਨੂੰ ਲੱਗਦਾ ਹਜੇ ਤੱਕ ਆਂਟੀ ਨੂੰ ਪਤਾ ਹੀ ਨਹੀਂ ਹੋਣਾ, ਆਂਟੀ ਨੇ ਬਾਹਰ ਸੁੰਭਰਿਆ ਹੀ ਨਹੀਂ ਹੋਣਾ ਹਾਲੇ, ਨਹੀਂ ਤਾਂ ਆਂਟੀ ਨੇ ਤਾਂ ਰੌਲਾ ਪਾ ਦੇਣਾ ਸੀਗਾ। ਤੂੰ ਕੀ ਦੇਖੀ ਜਾਂਦੀ ਉਹਨਾਂ ਦੇ ਘਰ ਵੱਲ ਨੂੰ, ਕੀ ਗੱਲ ਹੋਈ? ਨਹੀਂ ਮੈਂ ਕੀ ਦੇਖਣਾ, ਮੈਂ ਤਾਂ ਉਦੀ ਦੇਖਦੀ ਸੀਗੀ। ਕੀ ਹੋਇਆ? ਕੁਛ ਨਹੀਂ, ਹੋਣਾ ਤਾਂ ਕੀ ਆ, ਰੋਟੀ ਪਾਣੀ ਬਣਾ ਦੇ, ਪਿਆਉਣਾ ਕੰਮ 'ਤੇ ਵੀ ਜਾਣਾ ਮੈਂ। ਰੋਟੀ ਪਾਣੀ ਬਣਾਉਣ ਲੱਗੀ ਆ ਨਾ, ਰਾਤੀ ਤਾਂ ਭੁੱਖ ਨਹੀਂ ਸੀ, ਜਦੋਂ ਮੈਂ ਰੋਟੀ ਦਾ ਨਾਂ ਲਿਆ ਕਹਿੰਦਾ ਮੈਂ ਰੱਜਿਆ ਪਿਆ ਆ, ਮੈਨੂੰ ਨਾ ਪੁੱਛ ਰੋਟੀ ਨਾ, ਹੁਣ ਤੈਨੂੰ ਭੁੱਖ ਲੱਗ ਗਈ, ਰਾਤੀ ਕਿੱਦਾਂ ਦਾ ਖਾ ਲਿਆ ਸੀਗਾ? ਉਹ ਕੋਈ ਨਹੀਂ, ਉਹ ਤੈਨੂੰ ਫਿਰ ਵਿਹਲੇ ਟਾਈਮ ਮੈਂ ਦੱਸੂੰਗਾ, ਅੱਜ ਮੈਨੂੰ ਕਾਹਲੀ ਆ, ਮੈਂ ਦੁਕਾਨੇ ਜਾਣਾ ਜ਼ਰੂਰੀ। ਯਾਰ ਇਹ ਤੋਂ ਖੇੜਾ ਛਡਾਉਣਾ ਹੀ ਚੰਗਾ,
ਜੈਨੂੰ ਮੈਂ ਵਿਚਲੀ ਗੱਲ ਦੱਸਤੀ ਐਂ ਤਾਂ ਮੇਰੇ ਪੇਸ਼ੇ ਪੈ ਜਾਣਾ। ਨਾ ਹੁਣ ਕੀ ਸੋਚੀ ਜਾਂਦਾ ਆ? ਉਹ ਕੁਛ ਨਹੀਂ ਸੋਚਦਾ, ਤੂੰ ਰੋਟੀ ਪਾ, ਲੇਟ ਹੁੰਦਾ ਅੱਗੇ ਮੈਂ। ਤੇਰੀ ਵੀ ਮੈਨੂੰ ਕੋਈ ਸਮਝ ਨਹੀਂ ਲੱਗਦੀ ਹੈਗੀ। ਕੋਈ ਨਹੀਂ, ਬਣਾ ਦਿੰਦੀ ਹਾਂ ਰੋਟੀ। ਹੁੰਦੇ ਆ ਲੇਟ ਲੱਗੇ ਆ ਅਫਸਰ। ਨਾਲੇ ਮੇਰੀ ਗੱਲ ਸੁਣੋ, ਉੱਥੇ ਪਤੇੜ ਤੋਂ ਮੈਨੂੰ ਮਿੱਟੀ ਲਿਆ ਦਿਓ। ਆਹ ਦੇਖੋ ਮਿੱਟੀ ਕਿੱਦਾਂ ਉਖੜੀ ਪਈ ਆ, ਮੈਂ ਤਾਂ ਇਸੇ ਕੰਮ ਜੋਗੀ ਰਹਿ ਗਈ। ਬਣਾ ਦੇਵਾਂ ਰੋਟੀ, ਮੈਨੂੰ ਵੀ 100 ਕੰਮ ਆ ਅੱਜ। ਨਾਲੇ ਬਾਬਿਆਂ ਦੇ ਜਾ ਕੇ ਪਿੰਨੀਆਂ ਵੀ ਦੇ ਕੇ ਆਉਣੀਆਂ ਆ। ਚੱਲ ਛੇਤੀ ਛੇਤੀ ਕੰਮ ਕਰ ਲਈ। ਆਂਟੀ ਦੀ ਵੀ ਹੱਦ ਹੋਈ, ਉਹ ਆ ਪਤਾ ਨਹੀਂ ਕਿਹੜਾ ਭੋਰਾ ਪੱਟਿਆ ਆ ਜਿਹ 'ਚ ਬਹਿ ਗਈ ਆ। ਕੋਈ ਨਹੀਂ ਮੈਂ ਇੱਦਾਂ ਕਰਦੀ ਹਾਂ, ਕੋਈ ਪੱਜ ਜਿਹਾ ਪਾ ਕੇ ਆਂਟੀ ਕੇ ਜਾ ਕੇ ਆਉਂਦੀ ਹਾਂ, ਨਾਲੇ ਬਿੜਕ ਤਾਂ ਲੈ ਕੇ ਆਵਾਂ, ਕੁਛ ਪਤਾ ਵੀ ਲੱਗਾ ਇਹਨੂੰ ਕਿ ਨਹੀਂ। ਮੀਸਣੀ ਜੀ ਤੇਜ਼ ਬਹੁਤ ਹੈ ਉਤਾ, ਮੈਨੂੰ ਲੱਗਦਾ ਪਤਾ ਤਾਂ ਸਾਰਾ ਹੀ ਹੋਣਾ ਇਹਨੂੰ। ਚੱਲ ਪਤਾ ਕਰਕੇ ਆਵਾਂ ਪਹਿਲਾਂ। ਆਂਟੀ ਜੀ। ਹਾਂ ਬਤਾ ਦਾ ਰਿੰਪਲ, ਕੀ ਕਰੀ ਜਾਂਦੇ ਆ? ਕੁਛ ਨਹੀਂ ਕਰਨਾ, ਕੀ ਆ ਕੰਮ ਕਾਰੇ ਮੁਕਾਉਂਦੀ ਸੀ। ਸਤਿ ਸ਼੍ਰੀ ਅਕਾਲ, ਬਹਿ ਜਾ ਮੇਰੇ ਪੁੱਤ। ਕਿੱਦਾਂ ਠੀਕ ਠਾਕ ਹੋ? ਹੋਰ ਠੀਕ ਆ ਪੁੱਤ। ਸਿਹਤ ਕਿੱਦਾਂ? ਦਿਨੋ ਦਿਨ ਲਿੱਸੇ ਹੋਈ ਜਾਂਦੇ ਤੁਸੀਂ ਤਾਂ। ਨਹੀਂ ਪੁੱਤ, ਸਿਹਤ ਠੀਕ ਹੀ ਆ, ਜਿਹੜਾ ਟਾਈਮ ਪਾਸ ਹੁੰਦਾ ਵਧੀਆ ਹੀ ਆ। ਪਰਮਾਤਮਾ ਘਰ ਦਾ ਕੰਮ ਕਾਰ ਕਰਨ ਜੋਗੀ ਸਿਹਤ ਰੱਖੇ ਤਾਂ ਵਧੀਆ ਆ। ਹਾਂਜੀ ਇਹ ਤਾਂ ਆਂਟੀ ਤੁਸੀਂ ਠੀਕ ਕਿਹਾ। ਹਾਂ ਹਾਂ, ਹੋਰ ਸੁਣਾਓ ਕਿੱਦਾਂ ਘਰ ਸਭ ਠੀਕ ਠਾਕ ਆ? ਹੋਰ ਠੀਕ ਆ ਪੁੱਤ, ਤੂੰ ਕਦੇ ਤਾਂ ਪੁੱਛਦੀ ਆ। ਲੈ ਆਂਟੀ ਮੈਂ ਤਾਂ ਉਦੀ ਪੁੱਛਦੀ ਆ, ਮੈਂ ਕਿਹਾ ਚੱਲ ਹਾਲ ਚਾਲ ਹੀ ਪੁੱਛ ਲੈਂਦੀ ਆ। ਅੱਛਾ, ਨਾਲੇ ਮੇਰੇ ਪੁੱਤ ਕਿੱਦਾਂ ਆਈ ਸੀਗੀ? ਉਹ ਮੈਂ ਇਹ ਕਹਿੰਦੀ ਸੀਗੀ, ਉਹ ਮਨਪ੍ਰੀਤ ਆ ਜਿਹੜੀ, ਉਹਨੇ ਕਮੇਟੀਆਂ ਸ਼ੁਰੂ ਕਰਨੀਆਂ ਸੀਗੀਆਂ। ਕਮੇਟੀ ਦੀ ਗੱਲ ਏਦਾਂ ਆ ਵੀ ਹਜੇ ਮੇਰੇ ਕੋਲ ਗੁਜਾਇਸ਼ ਹੈ ਨਹੀਂ ਕਮੇਟੀ ਪਾਉਣ ਦੀ, ਹਜੇ ਹੱਥ ਵੀ ਬਹੁਤ ਤੰਗ ਆ। ਤੈਨੂੰ ਪਤਾ ਹੀ ਹਜੇ ਮੁੰਡੇ ਨੂੰ ਥੋੜ੍ਹਾ ਚਿਰ ਹੋਇਆ ਬਾਹਰ ਗਏ ਨੂੰ, ਤਾਂ ਹਜੇ ਵੀ ਔਖਾ ਆ ਕੰਮ। ਅੱਛਾ ਆਂਟੀ, ਚੱਲ ਕੋਈ ਨੀ, ਮੈਨੂੰ ਤਾਂ ਉਹਨੇ ਕਿਹਾ ਸੀਗਾ ਤੇ ਮੈਂ ਕਿਹਾ ਚੱਲ ਕੋਈ ਨੀ, ਗਵਾਂਢ ਮੱਠਾ ਆ, ਕੋਈ ਨੀ ਮੈਂ ਪੁੱਛ ਲੈਂਦੀ ਆਂਟੀ ਨੂੰ। ਕੋਈ ਨੀ, ਜਦੋਂ ਪੁੱਤ ਮੇਰੇ 'ਚ ਗੁਜਾਇਸ਼ ਹੋਈ ਮੈਂ ਤੈਨੂੰ ਆਪੇ ਦੱਸ ਦਊਂਗੀ। ਕਮੇਟੀਆਂ ਪਾਉਣੀਆਂ ਕਿਹੜਾ ਮਾੜੀ ਗੱਲ ਵਾ, ਫਾਇਦਾ ਹੀ ਆ ਕਮੇਟੀ ਪਾਉਣ 'ਚ। ਹਾਂਜੀ ਇਹ ਤਾਂ ਗੱਲ ਹੈਗੀ ਆਂਟੀ। ਚੱਲ ਮੇਰੇ ਪੁੱਤ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ। ਨਾ ਨਾ ਆਂਟੀ, ਚਾਹ ਦੀ ਕੋਈ ਲੋੜ ਨਹੀਂ, ਐਵੇਂ ਨਹੀਂ ਖੇਚਲ ਕਰਨੀ ਹੈਗੀ। ਲੈ ਤਾਂ ਭੈ, ਖੇਚਲ ਕਾਹਦੀ ਆ, ਮੈਂ ਲਿਆਉਂਦੀ ਹਾਂ ਬਣਾ ਕੇ। ਨਹੀਂ ਨਹੀਂ ਆਂਟੀ, ਚਾਹ ਨਹੀਂ ਪੀਣੀ ਹੈਗੀ, ਚਾਹ ਤਾਂ ਮੈਂ ਪੀ ਕੇ ਆਈ ਹਾਂ। ਕੋਈ ਨਹੀਂ, ਚੱਲ ਜੇ ਚਾਹ ਨਹੀਂ ਪੀਣੀ ਤਾਂ ਤੇਰੇ ਲਈ ਸੇਬ ਕੱਟ ਕੇ ਲਿਆਉਂਦੀ ਹਾਂ। ਜਿਹੜੇ ਕੰਮ ਨੂੰ ਆਈ ਹਾਂ ਆਂਟੀ ਤਾਂ ਉਹਦਾ ਭੇਦ ਨਹੀਂ ਦਿੰਦੀ ਹੈਗੀ, ਹੋਰ ਗੱਲਾਂ ਮਾਰ ਜਾਂਦੀ ਭਾਈ ਜੀ। ਆ ਲਾ ਮੇਰੇ ਪੁੱਤ ਫੜ, ਕੱਟ ਨਾਲੇ ਆਪ ਖਾ ਲਾ ਨਾਲੇ ਮੈਨੂੰ ਦੇ ਦੇ। ਮੰਮੀ ਇੱਥੋਂ ਤਾਂ ਘੋਲ ਹੀ ਹੋ ਜਾਂਦੀ ਆ, ਇਹ ਤਾਂ ਖਾਣ ਨੂੰ ਚੰਗੇ ਆ। ਹਾਂਜੀ ਆਂਟੀ ਜੀ। ਆਹ ਕੱਟਣ ਦੀ ਦਾਣੀ ਘੋਲ ਮੈਂ ਤਾਂ ਕਰ ਲੈਂਦੀ ਹਾਂ, ਮੇਰੇ ਤੋਂ ਕਿੱਥੇ ਖਾ ਹੁੰਦੇ ਆ। ਨਾਲੇ ਆਂਟੀ ਜੀ ਅੱਜ ਤੁਸੀਂ ਬਾਹਰ ਨਹੀਂ ਸੁੰਭਰ ਰਿਹਾ? ਨਹੀਂ ਪੁੱਤ, ਮੈਂ ਤਾਂ ਸਾਜਰੇ ਹੀ ਸੁੰਭਰ ਲਿਆ ਸੀਗਾ, ਹਵਾ ਨਾਲ ਫਿਰ ਪੱਤੇ ਆ ਗਏ ਹੋਣੇ ਆ। ਮੈਂ ਤਾਂ ਗੁਰਦੁਆਰੇ ਜਾਣ ਤੋਂ ਪਹਿਲਾਂ ਸੁੰਭਰ ਕੇ ਜਾਂਦੀ ਹੁੰਦੀ ਹਾਂ। ਅੱਛਾ ਆਂਟੀ ਜੀ, ਉਹਦਾ ਤੁਸੀਂ ਤਾਂ 2 ਟਾਈਮ ਗੁਰਦੁਆਰੇ ਜਾਂਦੇ ਆ ਨਾ, ਸਵੇਰੇ ਵੀ ਤੇ ਸ਼ਾਮੀ ਵੀ। ਹੋਰ ਪੁੱਤ, ਉਸ ਪਰਮਾਤਮਾ ਦਾ ਹੀ ਆਸਰਾ ਆ, ਬੜੀਆਂ ਹੀ ਧੀਏ ਔਕੜਾ ਜ਼ਿੰਦਗੀ 'ਚ ਆਈਆਂ ਪਰ ਉਹਦੇ ਆਸਰੇ ਵਾਸਤੇ ਤੁਰੇ ਰਹਿੰਦੇ ਆ, ਉਹਨੇ ਹੱਥ ਦੇ ਕੇ ਇੱਥੇ ਤੱਕ ਟਾਈਮ ਪਾਸ ਕੀਤਾ ਪੁੱਤ। ਆਹੋ ਚੱਲ ਮੇਰੇ ਪੁੱਤ ਛੱਡ, ਆਪਾਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਈਆਂ, ਤੂੰ ਦੱਸ। ਆਂਟੀ ਬਸ ਠੀਕ ਠਾਕ ਆ, ਆ ਲਓ ਐਪਲ ਖਾ ਲਓ। ਤੂੰ ਵੀ ਲੈ ਲਾ। ਚਲੋ ਠੀਕ ਆ ਆਂਟੀ ਜੀ, ਫਿਰ ਮੈਂ ਵੀ ਘਰ ਨੂੰ ਚੱਲਦੀ ਹਾਂ, ਘਰ ਦਾ ਕੰਮ ਸਾਰਾ ਹੀ ਉੱਦੇ ਪਿਆ ਆ। ਅੱਛਾ ਹਾਂ, ਮੈਂ ਤਾਂ ਤੁਹਾਨੂੰ ਇਹੀ ਪੁੱਛਣਾ ਸੀਗਾ ਤੁਸੀਂ ਕਮੇਟੀ ਪਾਉਣੀ ਆ ਕਿ ਨਹੀਂ, ਜੇ ਪਾਉਣੀ ਹੋਈ ਫਿਰ ਵੀ ਸੋਚ ਕੇ ਦੱਸ ਦਿਓ, ਉਹਦਾ ਤਾਂ ਫਾਇਦਾ ਹੀ ਆ ਕਮੇਟੀ ਪਾਉਣ 'ਚ ਵੀ। ਉਹ ਤਾਂ ਫਾਇਦਾ ਤਾਂ ਹੈਗਾ ਆ, ਇਹ ਤਾਂ ਮੈਨੂੰ ਵੀ ਪਤਾ ਆ, ਪਰ ਹੁਣ ਗੁਜਾਇਸ਼ ਹੋਊ ਤਾਂ ਫਿਰ ਕਮੇਟੀਆਂ ਪੈਣੀਆਂ ਆ, 5 ਮਹੀਨੇ 'ਚ 5,000 ਰੁਪਈਏ ਦਾ ਫਾਇਦਾ ਹੁੰਦਾ ਆ। ਚੱਲ ਕੋਈ ਨਹੀਂ ਪੁੱਤ, ਮੈਂ ਅਗਲੀ ਵਾਰ ਨੂੰ ਦੇਖੂੰਗੀ। ਠੀਕ ਆ, ਚਲੋ ਆਂਟੀ ਹੁਣ ਮੈਂ ਚੱਲਦੀ ਹਾਂ, ਫਿਰ ਮੈਂ ਉਹਨੂੰ ਦੱਸ ਦਊਂਗੀ ਕਿ ਆਂਟੀ ਕਹਿੰਦੀ ਆ ਕਿ ਅਗਲੀ ਵਾਰ ਦੇਖੂੰਗੀ ਤਾਂ ਪਾ ਲੂੰਗੀ ਕਮੇਟੀ। ਚਲੋ ਚੰਗਾ ਫਿਰ। ਹਾਂ ਮੈਂ ਚੱਲਦੀ ਹਾਂ, ਕਰਾਂ ਕੰਮ ਫਿਰ। ਚੰਗਾ, ਅੱਛਾ। ਆਂਟੀ ਬੜੀ ਮੀਸਣੀ ਜੇ ਤੇਜ਼ ਆ,
जिहड़ी गल मैं कन्न गई सी उहदा तां भेत नहीं लगन दित्ता मैनू। आंटी नूं तां उहदा पता लग गया होणा कि मेरे घर दे बाहर किसी ने टूणा कीता, पर बोली कुछ नहीं। उदा मैनू असर तां दिसदा पिया, हुण तां कमेटियां पाउण नूं भी पैसे है नहीं। चल धूने वाले बाबे दी तां फेर ही मैं गल मन्ना, जदों मेरे भी घर नोटां दी कितें बरसात हो जावे फिर ही मैं जय जयकार करूँगी धूने वाले बाबे दी। आंटी हौली हौली देखी तेरे नाल बणदा की आ, मैनू दिंदी आ सेब, मेरे कितें यह लंघना सी। बाबा जी अगरबत्ती लाभ मैं वो छड परा इतने कड़ी बहुत कितने संगत लैन टुटी पी कि पता लगता कि इन खान इन महंगी अगरबत्तियाँ पिनी वाली बीबी आती है। चलो 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 पता नहीं जिंदा तैयारी की समझाया उदे करनी है पता नहीं माड़ा बी माड़ा थक हो गया एक भारियाँ बहुत आ। जय हो बाबियां दी धूनी वाली सरकार दी जय हो। भरावा हौली हौली रखी तोड़ी ना दे सारियां पिनियां। बाबा जी देसी घे दी पिनियां जिदा तुसी कहा सी ओदे ही ले आई मैं। आलो बाबा जी तू धन्नो, बाबा जी तू धन्नो, तू मेरा कनेडा दा वीजा लाता बाबा जी तू धन्नो, ਇਲਾਜ ਰੱਖ ਲੋ। ਇੰਨੀ ਸੇਵਾ ਕਰਕੇ ਆਈ ਆ, ਮੇਰੇ ਘਰ ਵਾਲੇ ਨੂੰ ਵੀ ਕਿਤੇ ਅਮਰੀਕਾ ਹੀ ਭੇਜ ਦਿਓ ਛੋਟੇ ਮੋਟੇ ਦੇਸ਼ ਦੇ ਵਿੱਚ ਹੀ। ਕੋਈ ਨਹੀਂ ਬੀਬਾ ਫਿਕਰ ਨਾ ਕਰ, ਹੋ ਜੂ ਕੋਈ ਚੱਕਰ ਨਹੀਂ ਹੈਗਾ, ਠੀਕ ਨਹੀਂ। ਇੱਥੇ ਬਾਬੇ ਧੂਣੇ ਦੇ ਕੋਈ ਚੀਜ਼ ਦੀ ਕਮੀ ਨਹੀਂ, ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ। ਹਾਂ ਪਾਸਪੋਰਟ ਬਣਾ ਲਿਆ ਤੇਰੇ ਘਰ ਵਾਲੇ ਨੇ? ਨਹੀਂ ਬਾਬਾ ਜੀ, ਉਹਨੇ ਕਿੱਥੇ ਪਾਸਪੋਰਟ ਬਣਾਉਣਾ ਆ, ਜਿੰਨਾ ਕੁ ਕਮਾਉਂਦਾ ਆ ਉਨਾ ਕੁ ਪੀ ਲੈਂਦਾ ਉਹ, ਬਸ ਪੀ ਕੇ ਲਿਟਿਆ ਰਹਿੰਦਾ ਆ। ਕੋਈ ਗੱਲ ਨਹੀਂ ਬੀਬੀ ਫਿਕਰ ਨਾ ਕਰ ਕੋਈ ਗੱਲ ਨਹੀਂ। ਬਿਨਾਂ ਪਾਸਪੋਰਟ ਤੋਂ ਬਹੁਤ ਬੰਦੇ ਦੇ ਵੀਜ਼ੇ ਲਵਾਏ ਆ, ਤੇਰੇ ਘਰ ਵਾਲੇ ਨੂੰ ਬਿਨਾਂ ਪਾਸਪੋਰਟ ਦੇ ਪਜਾਵਾਂਗੇ, ਚਿੰਤਾ ਨਾ ਕਰ। ਹਾਂ ਹੁਣ ਤੂੰ ਬਸ ਬਾਬੇ ਧੂਣੇ ਵਾਲੇ ਦੇ ਆ ਗਈ ਆ, ਹਾਂ ਹੁਣ ਖੁਸ਼ੀਆਂ ਤੇਰੇ ਘਰ ਆ, ਠੀਕ ਆ। ਬੀਬੀ ਤੂੰ ਫਿਕਰ ਨਾ ਕਰ, ਹੁਣ ਤੂੰ ਬਾਬੇ ਦੇ ਡੇਰੇ 'ਚ ਆ ਗਈ ਆ, ਤੇਰੇ ਘਰ ਵਾਲੇ ਦਾ ਸਾਰਾ ਕੰਮ ਹੋਇਆ ਨਾ। ਮੈਂ 21,000 ਦੀ ਬਾਬੇ ਦੀ ਸੇਵਾ ਚੜ੍ਹਾਈ ਸੀ ਕਿ ਮੇਰੇ ਬਾਬੇ ਨੇ ਮਹੀਨੇ 'ਚ ਹੀ ਸਾਰਾ ਕੰਮ ਕਰਾਤਾ ਹੈਗਾ। ਜਿੰਨੀ ਤੂੰ ਜ਼ਿਆਦਾ ਸੇਵਾ ਦਊਂਗੀ ਉਨਾ ਜ਼ਿਆਦਾ ਛੇਤੀ ਕੰਮ ਹੋਣਾ ਤੇਰਾ। ਇਹ ਤਾਂ ਮੈਂ ਵੀ ਭਰਾਵਾ ਸੁਣਿਆ ਆ ਕਿ ਬਾਬੇ ਬੜੀ ਕਰਨੀ ਵਾਲੇ ਆ। ਚਲੋ ਬਾਬੇ ਸਾਰੇ ਜਾਣਦੇ ਆ। ਬਾਬਾ ਜੀ ਨਾਲੇ ਜਿੱਦਾਂ ਤੁਸੀਂ ਕਿਹਾ ਸੀਗਾ ਮੈਂ ਉਦਾਂ ਹੀ ਕੀਤੀ। ਤੁਸੀਂ ਕਹਿੰਦੇ ਸੀ ਨਾ ਸਮਾਨ ਲਿਜਾ ਕੇ ਗੁਆਂਢੀਆਂ ਦੇ ਘਰ ਦੇ ਮੋਹਰੇ ਰੱਖ ਦਈ, ਮੈਂ ਰੱਖ ਦਿੱਤਾ ਸੀਗਾ ਰਾਤ ਨੂੰ, ਪਰ ਉਹਨਾਂ ਨੇ ਕੋਈ ਰੌਲਾ ਤਾਂ ਪਾਇਆ ਨਹੀਂ। ਕੋਈ ਗੱਲ ਨਹੀਂ ਬੀਬੀ, ਕੋਈ ਗੱਲ ਨਹੀਂ, ਕਈਆਂ ਲੋਕਾਂ ਦੀ ਚੁੱਪ ਵਿੱਚ ਵੀ ਬਹੁਤ ਸ਼ੈਤਾਨੀ ਹੁੰਦੀ ਆ, ਤੂੰ ਇਹ ਦੱਸ ਤੈਨੂੰ ਕੋਈ ਅਸਰ ਦੱਸਿਆ? ਹਾਂਜੀ ਬਾਬਾ ਜੀ, ਸੁੱਖ ਨਾਲ ਸਾਡੀ ਦੁਕਾਨ ਚੱਲਣ ਲੱਗ ਗਈ ਆ ਅਤੇ ਨਾਲੇ ਆਮਦਨ ਵੀ ਵੱਧ ਗਈ ਆ, ਪਰ ਮੈਨੂੰ ਤੁਹਾਡੀ ਉਹ ਸ਼ੈਤਾਨੀ ਵਾਲੀ ਗੱਲ ਨਹੀਂ ਸਮਝ ਆਈ। ਬੀਬੀ ਤੂੰ ਤਾਂ ਬਹੁਤ ਭੋਲੀ ਆ, ਤੂੰ ਉਹਨਾਂ ਨੂੰ ਜਾਣਦੀ ਨਹੀਂ, ਉਹ ਬੜੇ ਸ਼ੈਤਾਨ ਲੋਕ ਆ। ਹੁਣ ਤਾਂ ਉਹਨਾਂ ਨੇ ਕੈਮਰੇ ਵੀ ਲਵਾ ਲੈਣੇ ਆ, ਇਹ ਦੇਖਣਾ ਕਿ ਰੰਗੇ ਹੱਥੀ ਫੜ ਕੇ ਕਿ ਇਹ ਘਰਾ ਕਿਹਨੇ ਕੀਤਾ ਆ। ਅੱਛਾ ਬਾਬਾ ਜੀ, ਫਿਰ ਹੁਣ ਕਿੱਦਾਂ ਹੋਊ? ਬੀਬੀ ਫਿਕਰ ਨਾ ਕਰ, ਹੁਣ ਤੂੰ ਬੀਬੀ ਤੇਰੀ ਬਰਕਤ ਨਾ ਕਿਸੇ ਨੇ ਬੰਨੀ ਹੋਈ ਆ, ਅਤੇ ਬਸ ਹੁਣ ਬਾਬਿਆਂ ਨੂੰ ਸਾਰਾ ਪਤਾ ਲੱਗ ਗਿਆ। ਹੁਣ ਤੂੰ ਬਸ ਇੱਕ ਦਿਨ ਉਪਾਅ ਹੋਰ ਕਰਨਾ ਪੈਣਾ ਆ, ਠੀਕ ਆ, ਤਾਂ ਫਿਰ ਸਾਰਾ ਕੁਛ ਸਹੀ ਹੋ ਜਾਣਾ ਆ। ਤੂੰ ਹੁਣ ਅਮੀਰ ਹੋਣ ਦੇ ਸੁਪਨੇ ਦੇਖ। ਅੱਛਾ ਬਾਬਾ ਜੀ, ਪਰ ਉਪਾਅ ਦੇ ਵਿੱਚ ਕੀ ਕਰਨਾ ਪੈਣਾ ਬਾਬਾ ਜੀ? ਬੀਬੀ ਉਪਾਅ ਤਾਂ ਇਹ ਆ, ਤੈਨੂੰ ਹੁਣ ਜੱਗ ਕਰਾਉਣਾ ਪੈਣਾ ਇੱਕ, ਪਰ ਇੱਕ ਗੱਲ ਦਾ ਖਿਆਲ ਰੱਖੀ, ਉਹਦੇ ਵਿੱਚ ਖਰਚਾ ਬਹੁਤ ਆਉਣਾ ਆ। ਠੀਕ ਆ ਬਾਬਾ ਜੀ, ਪਰ ਕਿੰਨੇ ਕੁ ਪੈਸੇ ਲੱਗੂਗੇ? ਮੇਰੇ ਤੋਂ ਜ਼ਿਆਦਾ ਪੈਸੇ ਹੈ ਨਹੀਂ ਉਹ। ਬੀਬੀ ਇਹ ਜੱਗ ਤਾਂ ਕਰਾਉਣਾ ਹੀ ਪੈਣਾ ਇਹਨਾਂ ਪੰਜਾਂ ਚੌਂਕੀਆਂ ਦੇ ਵਿੱਚ, ਕਿਉਂਕਿ ਇਸ ਜੱਗ ਕਰਨ ਦੇ ਨਾਲ ਜਿਹੜੀ ਬਰਕਤ ਆ ਕਿਸੇ ਨੇ ਬੰਨੀ ਉਹ ਖੁੱਲ੍ਹਣੀ ਆ, ਅਤੇ ਘੱਟੋ ਘੱਟ ਵੀ 20,000 ਰੁਪਇਆ ਖਰਚਾ ਆ ਜਾਣਾ, ਪਰ ਕਰਾਉਣਾ ਬਹੁਤ ਜ਼ਰੂਰੀ ਆ ਬੀਬੀ। ਠੀਕ ਆ ਬਾਬਾ ਜੀ, ਹੁਣ ਆਗਿਆ ਦਿਓ, ਮੈਂ ਘਰ ਜਾਵਾਂ। ਕੋਈ ਨਹੀਂ, ਹੁਣ ਅਗਲੀ ਵਾਰੀ ਸੋਚ ਵਿਚਾਰ ਕੇ ਤੁਹਾਨੂੰ ਦੱਸੂਗੀ ਕਿ ਕਿੱਦਾਂ ਕਰਨੀ ਆ। ਠੀਕ ਆ ਬਾਬਾ ਜੀ। ਚੱਲ ਠੀਕ ਆ ਬੀਬੀ, ਵੀ ਹੁਣ ਤੂੰ ਘਰ ਜਾ, ਠੀਕ ਨਹੀਂ, ਘਰ ਜਾ ਕੇ ਦੇਖੋ ਉਹਨਾਂ ਕੋਲ ਬਦਲਾਵ ਆਇਆ ਕਿ ਨਹੀਂ ਆਇਆ, ਫਿਕਰ ਨਾ ਕਰ, ਬਾਬੇ ਸਭ ਠੀਕ ਕਰ ਦੇਣਗੇ। ਠੀਕ ਆ ਬਾਬਾ ਜੀ। ਜੈ ਹੋ ਧੂਣੀ ਵਾਲੇ ਬਾਬਿਆਂ ਦੀ।
हाँ जी हाँ जी वीरे बाला सोचना नहीं है जिदा बाबे ने क्या उसकी टाइम टू टाइम काम कर देना चाहिए जे बाला सोचूंगी ना काम सारा खराब होएगा ठीक है बाला सोची ना कर देंगे बस तू काम ठीक है प्रभु ले आ भाई मैं तो फूक मारती बीबी के कान च भाई बड़ा बढ़िया किया बाबे ने काम करने सौखे पहुंच जाओ चलो मौजा करो ले आओ।